ਕਮਲਾ ਦੇਵੀ ਚੱਟੋਪਾਧਿਆਏ, ਭਾਰਤ ਵਿੱਚ ਚੋਣ ਲੜਨ ਵਾਲੀ ਪਹਿਲੀ ਔਰਤ। ਕਮਲਾ ਦੇਵੀ ਚੱਟੋਪਾਧਿਆਏ ਦਾ ਜਨਮ 3 ਅਪ੍ਰੈਲ 1903 ਨੂੰ ਮੈਂਗਲੌਰ ਵਿੱਚ ਹੋਇਆ। ਉਹਨਾਂ ਬਾਰੇ ਕਿਉਂ ਜਾਣਨਾ ਚਾਹੀਦਾ ਹੈ? ਕਮਲਾ ਦੇਵੀ ਚੱਟੋਪਾਧਿਆਏ ਭਾਰਤ ਵਿੱਚ ਸੂਬਾਈ ਵਿਧਾਨ ਸਭਾ ਲਈ ਚੋਣ ਲੜਨ ਵਾਲੀ ਪਹਿਲੀ ਔਰਤ ਬਣੀ ਅਤੇ ਮਹਾਤਮਾ ਗਾਂਧੀ ਨੂੰ ਨਮਕ ਸੱਤਿਆਗ੍ਰਹਿ ਵਿੱਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਲਈ ਮਨਾਇਆ। 1926 ਵਿੱਚ ਮਦਰਾਸ ਵਿਧਾਇਕ ਪਰਿਸ਼ਦ ਦੀਆਂ ਚੋਣਾਂ ਤੋਂ ਪਹਿਲਾਂ ਔਰਤਾਂ ਨੂੰ ਚੋਣ ਲੜਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਆਇਰਲੈਂਡ ਦੀ ਮਹਿਲਾਵਾਦੀ ਆਗੂ ਮਾਰਗਰੇਟ ਕਜ਼ਨਸ ਵੱਲੋਂ ਉਤਸ਼ਾਹਤ ਹੋਣ ਤੇ ਕਮਲਾ ਦੇਵੀ ਨੇ ਚੋਣ ਲੜੀ। ਉਹ ਬਹੁਤ ਘੱਟ ਵੋਟਾਂ ਤੋਂ ਹਾਰ ਗਏ, ਪਰ ਇਸ ਕਦਮ ਨਾਲ ਔਰਤਾਂ ਲਈ ਸਿਆਸੀ ਅਹੁਦੇ ਦੇ ਦਰਵਾਜ਼ੇ ਖੁੱਲ੍ਹ ਗਏ। 1930 ਵਿੱਚ ਮਹਾਤਮਾ ਗਾਂਧੀ ਦੀ ਅਗਵਾਈ 'ਚ ਦੇਸ਼ ਵਿੱਚ ਨਮਕ ਸੱਤਿਆਗ੍ਰਹਿ ਦੀ ਤਿਆਰੀ ਚੱਲ ਰਹੀ ਸੀ। ਮਹਾਤਮਾ ਗਾਂਧੀ ਨੇ ਲਿਖਿਆ ਕਿ ਔਰਤਾਂ ਨੂੰ ਸ਼ਰਾਬ ਦੀਆਂ ਦੁਕਾਨਾਂ ਦਾ ਘਿਰਾਓ ਅਤੇ ਖਾਦੀ ਕੱਪੜਾ ਬਣਾ ਕੇ ਇਸ ਅੰਦੋਲਨ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ। ਪਰ ਕਮਲਾ ਦੇਵੀ ਚਾਹੁੰਦੇ ਸੀ ਕਿ ਨਮਕ ਸੱਤਿਆਗ੍ਰਹਿ ਵਿੱਚ ਔਰਤਾਂ ਨੂੰ ਸ਼ਾਮਲ ਕੀਤਾ ਜਾਵੇ, ਅਤੇ ਕਮਲਾ ਦੇਵੀ ਨੇ ਮਹਾਤਮਾ ਗਾਂਧੀ ਨਾਲ ਗੱਲਬਾਤ ਕਰਨ ਦਾ ਮਨ ਬਣਾ ਲਿਆ। ਇਸ ਕਦਮ ਨਾਲ ਕੀ ਬਦਲਿਆ? ਜਿਸ ਟ੍ਰੇਨ ਰਾਹੀਂ ਮਹਾਤਮਾ ਗਾਂਧੀ ਸਫ਼ਰ ਕਰ ਰਹੇ ਸਨ, ਕਮਲਾ ਦੇਵੀ ਉਸ 'ਤੇ ਸਵਾਰ ਹੋ ਗਏ ਅਤੇ ਗਾਂਧੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਅਖੀਰ ਗਾਂਧੀ ਕਮਲਾ ਦੇਵੀ ਦੀ ਗੱਲ ਮੰਨ ਗਏ। ਨਮਕ ਸੱਤਿਆਗ੍ਰਹਿ ਲਈ ਦਾਂਡੀ ਮਾਰਚ ਵਿੱਚ ਸਰੋਜਨੀ ਨਾਇਡੂ ਅਤੇ ਕਮਲਾ ਦੇਵੀ ਚੱਟੋਪਾਧਿਆਏ ਵਰਗੀਆਂ ਹੋਰਨਾਂ ਔਰਤਾਂ ਨੇ ਵੀ ਨਮਕ ਕਾਨੂੰਨ ਤੋੜ ਕੇ ਸੱਤਿਆਗ੍ਰਹਿ 'ਚ ਹਿੱਸਾ ਲਿਆ। ਕਮਲਾ ਦੇਵੀ ਨੇ ਬੰਬਈ ਵਿੱਚ ਨਮਕ ਕਾਨੂੰਨ ਤੋੜਿਆ। ਕਮਲਾ ਦੇਵੀ ਦੇ ਇਸ ਕਦਮ ਤੋਂ ਬਾਅਦ ਪੂਰੀ ਦੁਨੀਆ ਨੇ ਦੇਖਿਆ ਕਿ ਕਿਵੇਂ ਭਾਰਤ ਦੀਆਂ ਔਰਤਾਂ ਨੇ ਮਰਦਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਆਜ਼ਾਦੀ ਦੀ ਲੜਾਈ 'ਚ ਹਿੱਸਾ ਲਿਆ ਅਤੇ ਗ੍ਰਿਫਤਾਰੀਆਂ ਦਿੱਤੀਆਂ। ਇਸ ਨਾਲ ਪਾਰਟੀ ਅਤੇ ਸਿਆਸਤ ਵਿੱਚ ਔਰਤਾਂ ਦੀ ਹਾਲਤ ਵਿੱਚ ਸੁਧਾਰ ਆਇਆ। ਕਮਲਾ ਦੇਵੀ ਨੇ ਭਾਰਤ ਵਿੱਚ ਸਹਿਕਾਰੀ ਅੰਦੋਲਨ ਨੂੰ ਮਜ਼ਬੂਤ ਕੀਤਾ ਅਤੇ ਇੰਡੀਅਨ ਕੋਆਪਰੇਟਿਵ ਯੂਨੀਅਨ ਦਾ ਗਠਨ ਕੀਤਾ। ਇਸ ਸੰਸਥਾ ਨੇ ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਨੌਰਥ ਈਸਟ ਫਰੰਟੀਅਰ ਪ੍ਰੋਵਿੰਸ ਤੋਂ ਆਏ ਸ਼ਰਨਾਰਥੀਆਂ ਨੂੰ ਫਰੀਦਾਬਾਦ ਵਿੱਚ ਵਸਾਇਆ। ਉਹਨਾਂ ਨੇ ਭਾਰਤੀ ਦਸਤਕਾਰੀ ਪਰੰਪਰਾਵਾਂ ਨੂੰ ਆਜ਼ਾਦੀ ਤੋਂ ਬਾਅਦ ਮੁੜ ਸੁਰਜੀਤ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ। ਕਮਲਾ ਦੇਵੀ ਨੇ ਇਹ ਕੰਮ ਸੈਂਟਰਲ ਕੋਟੇਜ ਇੰਡਸਟਰੀਜ਼ ਇੰਪੋਰੀਅਮ ਅਤੇ ਕ੍ਰਾਫਟਸ ਕੌਂਸਲ ਆਫ ਇੰਡੀਆ ਦੀ ਸਥਾਪਨਾ ਰਾਹੀਂ ਕੀਤਾ। ਭਾਰਤੀ ਨਾਟਿਆ ਪਰੰਪਰਾ ਅਤੇ ਹੋਰਨਾਂ ਪਰਫਾਰਮਿੰਗ ਆਰਟਸ ਦੇ ਵਿਕਾਸ ਲਈ ਕਮਲਾ ਦੇਵੀ ਨੇ ਇੰਡੀਅਨ ਨੈਸ਼ਨਲ ਥੀਏਟਰ ਦੀ ਸਥਾਪਨਾ ਕੀਤੀ। ਇਹ ਅੱਗੇ ਚੱਲ ਕੇ ਭਾਰਤ ਦਾ ਮਸ਼ਹੂਰ ਨੈਸ਼ਨਲ ਸਕੂਲ ਆਫ ਡਰਾਮਾ ਬਣਿਆ। ਕਮਲਾ ਦੇਵੀ ਦੀਆਂ ਕੋਸ਼ਿਸ਼ਾਂ ਨਾਲ ਸੰਗੀਤ ਨਾਟਕ ਅਕਾਦਮੀ ਦੀ ਸਥਾਪਨਾ ਹੋਈ, ਜੋ ਭਾਰਤੀ ਗੀਤਾਂ ਅਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਮੋਹਰੀ ਸੰਸਥਾ ਹੈ। ਕਮਲਾ ਦੇਵੀ ਨੂੰ ਭਾਰਤ ਦੇ ਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਆ ਗਿਆ। ਇਸ ਤੋਂ ਇਲਾਵਾ ਕਮਲਾ ਦੇਵੀ ਨੂੰ ਰੇਮਨ ਮੈਗਸੇਸੇ ਅਵਾਰਡ ਵੀ ਮਿਲ ਚੁੱਕਿਆ ਹੈ।